ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਛੱਕੀ ਨਕਲੀ ਦੁੱਧ ਦੀ ਭਰੀ ਜੀਪ ਕਾਬੂ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਅੱਜ ਜਦੋਂ ਕਿਸਾਨਾਂ ਵੱਲੋਂ ਦੁੱਧ, ਸਬਜ਼ੀਆਂ ਤੇ ਹੋਰ ਖਾਦ ਪਦਾਰਥਾਂ ਦੇ 10 ਦਿਨਾਂ ਬੰਦ ਦੀ ਪੈਰਵਾਈ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਪਿੰਡ ਖੁਰਦ ਵਿਖੇ ਇੱਕ ਕਥਿਤ ਤੌਰ ਤੇ ਛੱਕੀ ਨਕਲੀ ਦੁੱਧ ਦੀ ਭਰੀ ਟੈਂਕੀ ਵਾਲੀ ਜੀਪ ਰੋਕ ਕੇ ਉਸਦੀ ਸਿਹਤ ਵਿਭਾਗ ਵੱਲੋਂ ਕਾਰਵਾਈ ਕਰਵਾਈ। ਜਦੋਂ ਇਹ ਦੁੱਧ ਚੈੱਕ ਕੀਤਾ ਗਿਆ ਤਾਂ ਇਸ ਦੁੱਧ ਦੀ ਕੁਆਲਿਟੀ ਠੀਕ ਨਹੀਂ ਸੀ। ਇਸ ਮੌਕੇ ਤੇ ਜ਼ਿਲ੍ਹਾ ਫੀਡ ਸੇਫਟੀ ਅਫਸਰ ਜਸਵਿੰਦਰ ਕੌਰ ਔਜਲਾ ਨੇ ਦੁੱਧ ਦੇ 1 ਲੀਟਰ ਦੇ ਨਮੂਨੇ ਲੈ ਕੇ ਸੀਲਬੰਦ ਕਰਕੇ ਖਰੜ ਸਥਿਤ ਜਾਂਚ ਲੈਬੋਰਟਰੀ ਨੂੰ ਭੇਜੇ ਹਨ। ਮੈਂ ਜਸਪਿੰਦਰ ਕੌਰ, ਫੂਡ ਸੇਫਟੀ ਅਫਸਰ, ਸਿਵਲ ਸਰਜਨ ਆਫਿਸ ਫਤਿਹਗੜ੍ਹ ਸਾਹਿਬ ਤੋਂ। ਸਾਨੂੰ SMO ਆਫਿਸ ਖਮਾਣੋ ਤੋਂ ਕਾਲ ਆਈ ਸੀ ਕਿ ਕੋਈ ਸ਼ੱਕ ਦੇ ਆਧਾਰ 'ਤੇ ਇੱਕ ਗੱਡੀ ਫੜੀ ਗਈ ਹੈ, ਟੈਂਕਰ ਮਿਲਕ ਦਾ, ਜਿਹਦੇ ਕੋਲ ਮਿਕਸ ਮਿਲਕ ਹੈਗਾ ਉਹ ਗੱਡੀ ਦੇ ਵਿੱਚ। ਅਤੇ ਸਾਨੂੰ ਕਾਲ ਆਉਣ ਤੋਂ ਬਾਅਦ ਸਾਡੀ ਟੀਮ ਇੱਥੇ ਪਹੁੰਚ ਕੇ ਸੈਂਪਲ ਲੈ ਲਿਆ। ਇਹ ਸੈਂਪਲ ਖਰੜ ਦੀ ਲੈਬੋਰਟਰੀ ਵੀ ਜਾਣਗੇ, ਫੂਡ ਐਂਡ ਡਰੱਗ ਲੈਬੋਰਟਰੀ ਖਰੜ, ਜਿੱਥੋਂ ਬਣਦੀ ਰਿਪੋਰਟ ਹੈ ਜੋ ਕਿ 20-25 ਦਿਨਾਂ ਦੇ ਵਿੱਚ ਆ ਜਾਂਦੀ ਹੈ। ਉਸ ਤੋਂ ਬਾਅਦ ਜੋ ਵੀ ਉਹਦੇ 'ਚ ਕਮੀਆਂ ਪਾਈਆਂ ਜਾਣਗੀਆਂ ਉਸ ਹਿਸਾਬ ਨਾਲ ਕੇਸ ਲਾਂਚ ਕੀਤਾ ਜਾਵੇ। ਥੈਂਕ ਯੂ। ਮੈਂ ਕਸ਼ਮੀਰਾ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਜ਼ਿਲ੍ਹਾ ਪ੍ਰਧਾਨ। 1 ਜੂਨ ਤੋਂ ਜਿਹੜਾ 10 ਜੂਨ ਤੱਕ ਦੁੱਧ ਅਤੇ ਸਬਜ਼ੀਆਂ ਸ਼ਹਿਰ ਪਿੰਡ ਬੰਦ, ਕਿਸਾਨ ਛੁੱਟੀ 'ਤੇ 172 ਜਥੇਬੰਦੀਆਂ ਵੱਲੋਂ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਸੀ ਉਹਦੇ ਤਹਿਤ ਅੱਜ ਅਸੀਂ ਸਵੇਰ ਤੋਂ ਇਸ ਤਰ੍ਹਾਂ ਜਿਹੜਾ ਦੁੱਧ ਅਤੇ ਇਸ ਐਜੀਟੇਸ਼ਨ ਨੂੰ ਪਾਸ ਕਰਨ ਦੇ ਲਈ ਲੋਕਾਂ ਦੇ ਨਾਲ ਨਿਗਰਾਨੀ ਦੇ ਹੇਠ ਕੰਮ ਕਰ ਰਹੇ ਸੀਗੇ, ਜਿਸ ਦੇ ਵਿੱਚ ਤਕਰੀਬਨ 2:15-2:25 ਵਜੇ ਇੱਕ ਗੱਡੀ ਖੰਨੇ ਸਾਈਡ ਤੋਂ ਫਰੌਰ ਵੱਲ ਨੂੰ ਜਾਂਦੀ ਨਜ਼ਰ ਆਈ, ਜਿਹਨੂੰ ਰੋਕਿਆ ਗਿਆ। ਉਹਦੇ ਵਿੱਚੋਂ 2050 ਲੀਟਰ ਦੁੱਧ ਜਿਹੜਾ ਨਾਭੇ ਤੋਂ ਫਰੌਰ ਵੱਲ ਆ ਰਿਹਾ ਸੀਗਾ। ਅਸੀਂ ਉਹਨੂੰ ਬਰਵਾਲੀ ਤੋਂ ਸਾਡੇ ਕਾਰਕੁਨਾਂ ਨੇ ਦੇਖ ਕੇ ਉਹਦੇ ਮਗਰ ਮੋਟਰਸਾਈਕਲ ਲਾਏ, ਗੱਡੀ ਰੋਕੀ ਗਈ। ਸਾਨੂੰ ਸ਼ੱਕ ਪਈ ਵੀ ਇਹਦੇ ਵਿੱਚ ਦੁੱਧ ਆ ਜਿਹੜਾ ਉਹ ਮਿਲਾਵਟੀ ਦੁੱਧ ਹੈ, ਅਤੇ ਇਸ ਲਈ ਅਸੀਂ ਆਪਣੀ ਹਾਈਕਮਾਂਡ ਨੂੰ ਦੱਸਿਆ। ਹਾਈਕਮਾਂਡ ਨੇ ਆਪਣੇ CMO ਸਾਹਿਬ ਨੂੰ ਅਤੇ SDM ਸਾਹਿਬ ਨੂੰ ਫੋਨ ਕਰਕੇ ਬੁਲਾਇਆ ਅਤੇ ਉਹਦੇ ਵਿੱਚੋਂ ਅੱਜ ਸੈਂਪਲ ਭਰੇ ਗਏ ਨੇ, ਅਤੇ ਸੈਂਪਲ ਭਰ ਕੇ ਉਹ ਅਸੀਂ ਮਤਲਬ ਪੁਲਿਸ ਦੇ ਵੀ ਹੈਂਡਓਵਰ ਕਰਤੀ ਹੈ। ਅਤੇ ਬਾਕੀ ਜਿਹੜਾ ਦੁੱਧ ਦੀ ਐਜੀਟੇਸ਼ਨ ਹੈ, ਇਸ ਐਜੀਟੇਸ਼ਨ ਦੇ ਦੌਰਾਨ ਇੱਕ ਐਡਾ ਵੱਡਾ ਟੈਂਕਰ ਨਾਭੇ ਤੋਂ ਜਿਹੜਾ ਇੱਥੇ ਨੂੰ ਆ ਰਿਹਾ ਸੀਗਾ, ਇਹ ਕੋਈ ਇੱਦਾਂ ਦੀ ਮਿਲੀ ਗਿਲੀ ਸਾਜ਼ਿਸ਼ ਸੀਗੀ ਅਤੇ ਇੱਥੇ ਫੜੀ ਗਈ। ਅਸੀਂ ਇਹਦੇ ਉੱਤੇ ਪ੍ਰਪਾਕਾ ਹੈ, ਸੋ ਇਹਦੇ 'ਤੇ ਕੰਮ ਕਰਦੇ ਰਹਾਂਗੇ। 10 ਜੂਨ ਤੱਕ ਕੋਈ ਵੀ ਢਿੱਲ ਨਹੀਂ ਦਿੱਤੀ ਜਾਏਗੀ।